ਅੱਜ ਦੀ ਪ੍ਰੈਸ ਮੀਟ ਦਾ ਜੋ ਮੇਨ ਮਕਸਦ ਕਿ ਜੋ ਪੰਜਾਬ ਦੇ ਵਿੱਚ ਸਾਡੇ ਖਾਸ ਕਰ ਪਟਿਆਲੇ ਸ਼ਹਿਰ ਦੀ ਗੱਲ ਕਰ ਲਈਏ, ਪਟਿਆਲੇ ਜ਼ਿਲ੍ਹਾ ਗੱਲ ਕਰ ਲਈਏ, ਜੋ ਗੁੰਡਾਗਰਦੀ ਕੀਤੀ ਜਾ ਰਹੀ ਹੈ ਕੇਬਲ ਪ੍ਰਿੰਟਰਾਂ ਦੇ ਨਾਲ, ਉਹ ਕੀ ਰਿਹਾ? ਇੱਥੇ ਇੱਕ ਨਵੀਂ ਕੰਪਨੀ ਆਈ, ਉਹ ਤੋਂ ਪਹਿਲਾਂ ਤੁਹਾਨੂੰ ਮੈਂ ਗੱਲ ਦੱਸਣੀ ਚਾਹੁੰਦਾ, ਮੈਂ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਉਦੋਂ ਅਸੀਂ ਇੱਥੇ ਦੇ MLA ਹਰਮੀਤ ਪਠਾਨਮਾਜਰੇ ਦਾ, ਅਜੀਤ ਬਾਲ ਕੋਹਲੀ ਦਾ, ਹੋਰ ਬੜੇ ਬੰਦਿਆਂ ਦਾ ਨਾਂ ਲਏ ਤੇ ਉਹਨਾਂ ਨੇ ਸਾਡੇ ਵਿਕਾਸਪੁਰੀ ਜੀ, ਜੋਤੀ ਖਾਨ, ਹੋਰ ਸਾਡੇ ਕਈ ਬੰਦਿਆਂ ਉੱਪਰ ਮਾਨਹਾਨੀ ਦਾ ਕੇਸ ਕਰਤਾ ਵੀ ਸਾਡੀ ਇਸ ਨੈਕਸਟ ਕੰਪਨੀ ਦੇ ਕੇਬਲ ਹੈ ਇਹਦੇ ਵਿੱਚ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ, ਤੇ ਅਸੀਂ ਹੁਣ ਪਿੱਛੇ ਦੇ ਮਾਨਯੋਗ ਹਾਈਕੋਰਟ ਦੇ ਵਿੱਚ ਤੁਹਾਨੂੰ ਪਤਾ ਸਾਨੂੰ ਰਿਲੀਫ ਮਿਲੀ, ਉਹਦੇ ਵਿੱਚ ਅਸੀਂ ਸਾਰੇ ਪੇਪਰ ਕਢਾਏ। ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਹਰਮੀਤ ਸਿੰਘ ਪਠਾਨਮਾਜਰਾ ਕਹਿੰਦਾ ਸੀ ਮੇਰੀ ਤਾਂ ਕੋਈ ਲਾਗਾ ਦੇਗਾ ਨਹੀਂ, ਇੱਕ ਰੈੱਡ ਫੋਰਟ ਨਾਲ ਦੀ ਕੰਪਨੀ ਬਣੀ ਹੈ, ਕੰਪਨੀ ਬਣੀ ਆ ਤੇ ਉਹ ਕੰਪਨੀ ਦੇ ਡਾਇਰੈਕਟਰ ਦੋ ਬੰਦੇ ਨੇ, ਤੁਸੀਂ ਦੇਖ ਲਓ ਡਾਇਰੈਕਟਰ ਕਿਹੜੇ ਕਿਹੜੇ ਨੇ, ਇੱਕ ਤਾਂ ਪਹਿਲਾ ਨਾਂ ਹੈਗਾ ਸੁਖਵਿੰਦਰ ਸਿੰਘ ਡਾਇਰੈਕਟਰ, ਇੱਕ ਹੈਗਾ ਹਰਮੀਤ ਸਿੰਘ ਡਾਇਰੈਕਟਰ ਜੋ 30/11/2023 ਨੂੰ ਰਜਿਸਟਰ ਹੋਈ ਆ, ਤੇ ਜਿਹੜਾ ਹਰਮੀਤ ਸਿੰਘ ਤੁਸੀਂ ਆਪ ਦਾ ਲਾਇਓ ਵੀ ਹਰਮੀਤ ਸਿੰਘ ਫਾਦਰ ਨੇ ਅਮਰਦੇਵ ਸਿੰਘ, ਵਿਲੇਜ ਪਠਾਨ ਮਾਜਰਾ ਖੁਰਦ ਜੋ ਪੋਸਟ ਆਫਿਸ ਆ, ਤੇ 14/1975 ਡੇਟ ਕਰਤਾ, ਤੇ ਜਿਹੜੇ ਕਹਿੰਦੇ ਸੀ ਵੀ ਸਾਡਾ ਤਾਂ ਦੂਰ ਦੇ ਲਾਗਾ ਦੇਗਾ ਨਹੀਂ ਹੈਗਾ, ਹੁਣ ਸਾਰੀ ਇਸ ਗੁੰਡਾਗਰਦੀ ਨੂੰ ਸ਼ਹਿਰ ਇਹ MLA ਦੇ ਰਹੇ ਨੇ, ਤੇ ਪ੍ਰਸ਼ਾਸਨ ਪਟਿਆਲਾ ਪ੍ਰਸ਼ਾਸਨ ਗੱਲ ਕਰ ਲਈਏ, ਜਿਵੇਂ ਪਹਿਲਾਂ ਅਮਿਤ ਰਾਠੀ ਦੱਸਿਆ ਕਿ 45 ਕੰਪਲੇਂਟਾਂ ਪੋਰਟਲ ਤੇ SSP ਸਾਹਿਬ ਦੇ ਪੋਰਟਲ ਚ ਪਾ ਦੀਆਂ, ਕੰਪਲੇਂਟ ਨਹੀਂ ਰਲੇ ਝਗੜਾ, ਕਿਤੇ ਕੇਵਲ ਦਫ਼ਤਰ ਟੁੱਟੇ ਜਾ ਰਹੇ, ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤਾ ਜਾ ਰਿਹਾ, ਵਿਦ ਪਰੂਫ ਕੱਲੇ ਕੱਲੇ ਦਿੱਤੇ ਜਾ ਰਹੇ ਨੇ, ਇੱਕ ਕਿਸੇ ਬੰਦੇ ਦੇ ਉੱਪਰ ਸਿੰਗਲ 7 ਕਵੰਜਾ ਵੀ ਨਹੀਂ ਕੀਤੀ, ਪਤਾ ਕਹਿੰਦਾ ਨਾ ਉਹ ਬੰਦਾ ਫੜ ਲਈਏ ਸੀ 7 ਕਵੰਜਾ ਹੀ ਕਰ ਦਈਏ, ਕੋਈ ਕਾਰਵਾਈ ਨਹੀਂ ਹੋਈ ਹੈਗੀ, ਤੇ ਦਿਨ ਦਿਹਾੜੇ ਸ਼ਹਿਰ ਦੇ ਵਿੱਚ ਅਜੀਤ ਬਾਲ ਕੋਹਲੀ ਦੀ ਸਰਪ੍ਰਸਤੀ ਹੇਠਾਂ, ਤੇ ਉੱਥੇ ਸਾਡੇ ਬਾਜ਼ਾਰ ਬਾਕੀ ਪਟਿਆਲੇ ਜ਼ਿਲ੍ਹੇ ਸਾਰੇ ਦੇ ਵਿੱਚ ਇੱਥੇ ਹੋ ਰਿਹਾ। ਪੰਜਾਬ ਚ ਲਿਆਂਦੀ ਸੀ, ਲੋਕਾਂ ਦੇ ਵਿੱਚ ਮਾਯੂਸੀ ਹੈ,
ਵੀ ਅਸੀਂ ਕੀ ਕਰ ਬੈਠੇ। ਮੈਂ ਇਹ ਬੇਨਤੀ ਕਰਾਂਗੀ ਵੀ ਜਿਹੜਾ ਗੁੰਡਾ ਨੰਗਾ ਨਾਚ ਨਚਾ ਰਿਹਾ ਮਹੱਲਿਆਂ ਗਲੀਆਂ ਦੇ ਵਿੱਚ, ਇਹਨੂੰ ਰੋਕਿਆ ਜਾਵੇ। ਥਾਣੇਦਾਰ ਦਾ ਫੋਨ ਆਇਆ ਮੈਨੂੰ ਅੱਜ, ਸੀਮਾ ਜੀ ਬੋਲ ਰਹੇ ਮੈਨੂੰ ਕਿਹਾ